ਕਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ। ਨਹੀਂ ਸਾਨੂੰ ਕੋਈ ਵੀ ਰਸਤਾ ਨਹੀਂ, ਆਹੀ ਰਸਤਾ ਇਹੀ ਬੰਦ ਹੋ ਗਿਆ, ਦੇਖ ਲਓ ਹੁਣ ਅਸੀਂ ਕਿੱਥੇ ਜਾਵਾਂਗੇ, ਮੈਨੂੰ ਇਹ ਰਾਹ ਦੱਸੋ ਸਾਨੂੰ। ਕਿੰਨੇ ਘਰ ਨੇ ਜਿਹੜੇ? ਸਾਢੇ 100-150 ਘਰ ਆ ਜੀ, ਇੰਨਾ ਬੰਦੇ ਵੀ ਨੇ ਉਹਨਾਂ 'ਚ, ਸਾਰਿਆਂ 'ਚ ਰਹਿੰਦੇ। ਦੇਖ ਲਓ ਕਿੰਨੀਆਂ ਗਲੀਆਂ ਰਸਤਾ ਬੰਦ ਕਰ ਰਹੇ ਨੇ। ਇਹ ਗਲੀਆਂ ਹੋ ਗਈਆਂ 1, 2, 3, 4, 5 ਗਲੀਆਂ ਦੇ ਰਸਤੇ ਬੰਦ ਹੋ ਰਹੇ ਨੇ ਜੀ ਅੱਜ। ਬਿਲਕੁਲ ਨਹੀਂ ਨਿਕਲਣ ਨੂੰ ਰਸਤਾ, ਸਾਡਾ ਜਮਾਂ ਹੀ ਨਹੀਂ ਜੀ, ਜਮਾਂ ਹੀ ਹੈ ਨਹੀਂ ਸਾਨੂੰ ਰਸਤਾ। ਦੇਖ ਲਓ ਤੁਹਾਡੇ ਸਾਹਮਣੇ ਪੂਰੀ ਕੰਧ ਹੋ ਗਈ ਆ। ਬੜੀ ਮੁਸ਼ਕਲ ਹੋਊਗੀ, ਜਾਣਾ ਕਿੱਥੇ ਜੀ, ਅੰਦਰੇ ਮਰਾਂਗੇ, ਸਾਡਾ ਤਾਂ ਮਰਨਾ ਹੀ ਹੋਜੂ, ਸਾਰੇ ਬੰਦਿਆਂ ਦਾ ਅੰਦਰੇ ਹੀ ਮਰਨਾ ਹੋ ਜਾਣਾ। ਮੰਗ ਅਸੀਂ ਕੁਛ ਨਹੀਂ, ਸਾਨੂੰ ਛੋਟਾ ਜਿਹਾ ਰਸਤਾ ਦੇ ਦੇਣ, ਲਵੇ ਲਵੇ ਬਸ, ਸਾਨੂੰ ਕੁਛ ਨਹੀਂ ਚਾਹੀਦਾ ਜੀ। ਨਹੀਂ ਜੀ, ਕੋਈ ਰਸਤਾ ਨਹੀਂ, ਸਾਡੇ ਬੰਦ ਰਸਤਾ ਮੇਨ ਇਹੀ ਹੈ ਜੀ। ਸਾਨੂੰ ਰਿਸ਼ਤਰੀਆਂ ਜਦ ਸਾਡੀ ਮਕਾਨ ਅਸੀਂ ਜਗ੍ਹਾ ਲਈ ਆ, ਇਹੀ ਰਾਹ ਦਿੱਤਾ ਸਾਨੂੰ ਸਭ ਨੇ। ਹਾਂਜੀ, ਰਸਤਾ ਕਹਿੰਦੇ ਇਹੀ ਹੈ ਮੇਨ। ਅੱਜ ਦੇਖੋ ਕੀ ਸਮੱਸਿਆ ਆ ਰਹੀ ਹੈ ਸਾਨੂੰ। ਘਰ ਬਹੁਤ ਹੈ ਜੀ, ਘਰ ਤਾਂ 100-150 ਘਰ ਆ। ਲੰਘਣ ਲਈ ਉਹ ਰੋਕ ਰਹੇ ਹਾਂ, ਕਿਉਂਕਿ ਇਹ ਜਿਹੜੀ ਸਾਡੀ ਲਾਈਨ ਹੈ 130 ਦਾ ਸਪੀਡ ਹੋ ਚੁੱਕੀ ਹੈ। ਕੱਲ੍ਹ ਨੂੰ ਕੋਈ ਕੈਜੂਅਲਟੀ ਨਾ ਹੋ, ਕੋਈ ਬੰਦਾ ਥੱਲੇ ਨਾ ਆ ਜਾਣ, ਕੱਲ੍ਹ ਨੂੰ ਕੋਈ ਬੰਦੇ ਪਬਲਿਕ ਸੇਫਟੀ ਆਉਂਦੀ ਆ ਤਾਂ ਫਿਰ ਉਹਦੇ 'ਚ ਕੀ ਹੁੰਦਾ, ਬੰਦਾ ਆ ਕੇ ਚੱਲ ਜਾਂਦਾ। ਕੋਈ ਲਾਰਜ ਸਕੇਲ 'ਤੇ ਹੁਣ ਜੋੜਾ ਫਾਟਕ ਸੀਗਾ ਅੰਮ੍ਰਿਤਸਰ 'ਚ, ਕੇਸ ਹੋਇਆ ਸੀ। ਕੀ ਹੋਇਆ ਸੀ ਉੱਥੇ? ਦੁਸਹਿਰਾ ਲੱਗਦਾ ਸੀ ਜਦੋਂ ਦੁਨੀਆ ਆਮ ਨੋਰਮਲ ਇਕੱਠੀ ਹੁੰਦੀ ਸੀਗੀ, ਜਦੋਂ ਉੱਥੇ ਬੰਦੇ 100-150 ਬੰਦਾ ਮਰ ਗਿਆ, ਉਹ ਤੋਂ ਬਾਅਦ ਫਿਰ ਇਨਕੁਆਇਰੀਆਂ ਸ਼ੁਰੂ ਹੋ ਜਾਂਦੀਆਂ ਵੀ ਇਹ ਰਸਤਾ ਇੱਥੇ ਲੋਕ ਇਕੱਠੇ ਕਿਉਂ ਹੋਏ, ਫਿਰ ਉਹ ਰੇਲਵੇ ਇਨਵੋਲਵ ਹੋ ਜਾਏਗੀ, ਇਹ ਰਸਤਾ ਕਿਉਂ ਦਿੱਤੇ ਹੋਏ ਸੀ, ਰਸਤਾ ਜੇ ਪਹਿਲਾਂ ਕਿਉਂ ਨਹੀਂ ਬੰਦ ਕਰੇ ਗਏ ਸੀ, ਜੇ ਬੰਦ ਪਹਿਲਾਂ ਬੰਦੇ ਕਰ ਦਿੰਦੇ ਜਾਂ ਪਹਿਲਾਂ ਐਕਸ਼ਨ ਲਿਆ ਜਾਂਦਾ ਤਾਂ ਇੰਨੇ ਬੰਦੇ ਨਾ ਮਰਦੇ। ਬੇਸਿਕਲੀ ਮੇਨ ਪਰਪਸ ਆਪਾਂ ਨੇ, ਹਾਂ, ਰੇਲਵੇ ਦੀ ਪਰ ਸੇਫਟੀ, ਸੇਫਟੀ ਪੁਆਇੰਟ ਆਫ ਤੋਂ ਸਾਰਾ ਅਸੀਂ ਬੰਦ ਕਰ ਰਹੇ ਹਾਂ, ਹੋਰ ਕੋਈ ਸਾਡਾ ਕੋਈ ਇਸ ਤਰ੍ਹਾਂ ਬੰਦਾ ਕੋਈ ਕਿਸੇ ਪਬਲਿਕ ਨੂੰ ਤੰਗ ਕਰਨਾ, ਇਹ ਪਬਲਿਕ ਦੀ ਸੇਫਟੀ ਦੇ। ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ, ਤੁਹਾਡੇ ਨਾਲ ਨਾਲ ਹੈ ਪੰਜਾਬ ਦਾ ਬੇਧੜਕ ਨਿਧੜਕ ਇੱਕ ਨਿਊਜ਼ ਚੈਨਲ ਤਹਿਲਕਾ ਨਿਊਜ਼। ਤਹਿਲਕਾ ਨਿਊਜ਼, ਤਹਿਲਕਾ ਨਿਊਜ਼।